ਕਾਂਗਰਸ ਦੇ ਕਈ ਪਦਾਂ ਤੋਂ ਅਸਤੀਫਾ ਦੇਣ ਤੋਂ ਬਾਅਦ ਸਾਡੇ ਨਾਲ ਨੇ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਨਾਗਰਾ ਜੀ। ਨਾਗਰਾ ਸਾਹਿਬ, ਅਸਤੀਫਾ ਤੁਸੀਂ ਦੇ ਦਿੱਤਾ, ਕੀ ਕਾਰਨ ਰਿਹਾ ਅਸਤੀਫਾ? ਦੇਖੋ, ਜਿਹੜੇ ਸਾਡੇ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਜੀ ਨੇ ਇਹ ਜੋ ਕਿਹਾ ਕਿ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ, ਕਿਉਂਕਿ ਜਿਹੜੀ ਹਾਰ ਹੋਈ ਹੈ ਉਹਦੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਉਹਨੂੰ ਲੈ ਕੇ, ਔਰ ਉਸ ਜ਼ਿੰਮੇਵਾਰੀ ਦੇ ਤਹਿਤ ਇਕੱਲੀ ਪ੍ਰਧਾਨ ਦੀ ਜ਼ਿੰਮੇਵਾਰੀ ਨਹੀਂ ਹੁੰਦੀ, ਪ੍ਰਧਾਨ ਦੇ ਨਾਲ ਜਿਹੜੀ ਟੀਮ ਹੁੰਦੀ ਹੈ ਉਹਦੀ ਵੀ ਓਨੀ ਜ਼ਿੰਮੇਵਾਰੀ ਹੁੰਦੀ ਹੈ। ਉਸ ਜ਼ਿੰਮੇਵਾਰੀ ਨੂੰ ਅਸੀਂ ਵੀ ਆਪਣੇ ਆਪ ਨੂੰ ਮਤਲਬ ਜ਼ਿੰਮੇਵਾਰ ਮਹਿਸੂਸ ਕਰਦੇ ਹੋਏ, ਅਕਾਊਂਟੇਬਿਲਿਟੀ ਇਕੱਲੀ ਉਹਦੀ ਨਹੀਂ ਸੀ, ਸਾਡੀ ਵੀ ਅਕਾਊਂਟੇਬਿਲਿਟੀ ਬਣਦੀ ਸੀਗੀ, ਔਰ ਉਹਦੇ ਤਹਿਤ ਅਸੀਂ ਆਪਣਾ ਜਿਹੜਾ ਹੈਗਾ ਸਾਡਾ ਫਰਜ਼ ਬਣਦਾ ਸੀਗਾ ਆਪਣੇ ਪ੍ਰਧਾਨ ਦੀ ਲਾਈਨ ਨੂੰ ਟੋ ਕਰਨਾ ਔਰ ਉਹਦੀ ਉਸ ਜ਼ਿੰਮੇਵਾਰੀ ਨੂੰ ਸਮਝਣਾ, ਔਰ ਉਹਦੇ ਵਾਸਤੇ ਅਸੀਂ ਅਸਤੀਫਾ ਦਿੱਤਾ। ਕਿਹੜੇ ਪਦ ਤੋਂ ਅਸਤੀਫਾ ਦਿੱਤਾ? ਕਿਹੜੇ ਪਦ? ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਸੀਗਾ ਮੈਂ, ਦਿੱਲੀ ਦਾ ਇੰਚਾਰਜ ਸੀਗਾ ਸਟੇਟ ਦਾ, ਸਹਿ ਪ੍ਰਭਾਰੀ ਸੀਗਾ, ਉਹਦੇ ਤੋਂ ਅਸਤੀਫਾ ਦਿੱਤਾ। ਸੁਖਬੀਰ ਬਾਦਲ ਨੇ ਕੱਲ੍ਹ ਪਾਰਲੀਮੈਂਟ ਦੇ ਵਿੱਚ ਆਵਾਜ਼ ਚੁੱਕੀ ਹੈ, ਚੰਡੀਗੜ੍ਹ ਦਾ ਮੁੱਦਾ ਇੱਕ ਵਾਰ ਫਿਰ ਤੋਂ ਉਹਨਾਂ ਨੇ ਗਰਮਾ ਦਿੱਤਾ ਪਾਰਲੀਮੈਂਟ ਦੇ ਵਿੱਚ। ਉਹਨਾਂ ਨੇ ਕਿਹਾ ਕਿ ਸਾਡਾ ਵੀ ਹਿੱਸਾ, ਪੈਸਾ ਸਾਨੂੰ ਵੀ ਮਿਲਣਾ ਚਾਹੀਦਾ, ਪਾਣੀਆਂ ਦੀ ਰਾਇਲਟੀ ਦੀ ਗੱਲ ਕੀਤੀ ਉਹਨਾਂ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਚੰਡੀਗੜ੍ਹ ਦਾ ਮੁੱਦਾ ਆ, SYL ਦੇ ਪਾਣੀਆਂ ਦਾ ਮੁੱਦਾ ਆ, ਪਾਣੀ ਦੀ ਰਾਇਲਟੀ ਦਾ ਮੁੱਦਾ ਆ, ਇਹ ਮੁੱਦੇ ਜਿਹੜੇ ਹੈਗੇ ਨੇ ਇਹ ਵਾਅਦਾ ਸਤੂਰ ਚੱਲਦੇ ਆ ਰਹੇ ਨੇ, ਸਾਰੀਆਂ ਪੋਲੀਟੀਕਲ ਪਾਰਟੀਆਂ ਸਮੇਤ ਕਾਂਗਰਸ ਸਮੇਤ ਅਸੀਂ ਸਾਰੇ ਇਹਨੇ ਮੁੱਦਿਆਂ ਦੇ ਉੱਤੇ ਇਕੱਠੇ ਵੀ ਹੈਗੇ ਹਾਂ ਔਰ ਸਾਰੇ ਅਸੀਂ ਲੜ ਵੀ ਰਹੇ ਹਾਂ। ਔਰ ਇਹ ਮੁੱਦਾ ਕੋਈ ਸੁਖਬੀਰ ਬਾਦਲ ਨੇ ਕੋਈ ਨਵੀਂ ਗੱਲ ਨਹੀਂ ਕੀਤੀ, ਸੁਖਬੀਰ ਬਾਦਲ ਤੋਂ ਜਿਹੜੀ ਉਮੀਦ ਸੀਗੀ ਨਵੀਂ ਗੱਲ ਕਰਨ ਦੀ, ਮੈਂ ਮਹਿਸੂਸ ਕਰਦਾ ਸੀ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਅਤੇ ਉਹਨਾਂ ਦੀ ਧਰਮ ਪਤਨੀ ਨੂੰ ਇੱਥੋਂ ਜਿਤਾ ਕੇ ਭੇਜਿਆ ਸੀਗਾ, ਔਰ ਉੱਥੇ ਕੇਂਦਰ ਦੇ ਵਿੱਚ ਇਹਨਾਂ ਨੇ ਆਪਣੀ ਧਰਮ ਪਤਨੀ ਨੂੰ ਵਜ਼ੀਰ ਵੀ ਬਣਵਾ ਲਿਆ ਮੋਦੀ ਸਾਹਿਬ ਤੋਂ ਤਰਲੇ ਮਿੰਤਾਂ ਕਰਕੇ। ਮੈਨੂੰ ਬੜੀ ਉਮੀਦ ਸੀਗੀ ਕਿ ਪੰਜਾਬ ਦੇ ਲੋਕਾਂ ਲਈ ਪਾਰਲੀਮੈਂਟ ਦੇ ਵਿੱਚੋਂ ਇਸ ਬਜਟ ਦੇ ਵਿੱਚ ਪੰਜਾਬ ਲਈ ਕੋਈ ਸਪੈਸ਼ਲ ਪੈਕੇਜ ਮੰਗਣਗੇ। ਪੰਜਾਬ ਦੇ ਵਿੱਚ ਜੋ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਸ਼ਤਾਬਦੀ ਦਿਹਾੜਾ ਮਨਾਇਆ ਜਾ ਰਿਹਾ ਹੈਗਾ ਆ, ਉਹਦੇ ਵਾਸਤੇ ਪੰਜਾਬ ਲਈ ਕੋਈ ਸਪੈਸ਼ਲ ਗ੍ਰਾਂਟ ਦੀ ਗੱਲ ਕਰਨਗੇ, ਔਰ ਇਹ ਕੋਈ ਗੱਲ ਕਰਨਗੇ ਜਿਹੜਾ ਪੰਜਾਬ ਦੇ ਵਿੱਚ ਕਰਜ਼ਾ ਮਾਫੀ ਕੈਪਟਨ ਸਰਕਾਰ ਕਰ ਰਹੀ ਹੈ ਉਹਦੇ ਵਿੱਚ ਸੈਂਟਰ ਦੀ ਹਿੱਸੇਦਾਰੀ ਪਾਉਣ ਦੀ ਗੱਲ ਕਰਨਗੇ, ਇਹ ਗੱਲ ਕਰਨਗੇ ਜੇ ਉਹ ਪੰਜਾਬ ਦੇ ਵਿੱਚ ਸਾਡੇ ਅੱਜ ਦਲਿਤ ਭਰਾਵਾਂ ਦੇ ਲਈ ਖਾਸ ਤੌਰ 'ਤੇ ਜਿਹੜੀ ਕੱਚੀ ਛੱਤ ਨੂੰ ਪੱਕਾ ਛੱਤ ਦੇਣ ਦੀ ਗੱਲ ਹੈ, ਉਹਦੇ ਵਿੱਚ ਜਿਹੜੀਆਂ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਟਰਮਜ਼ ਐਂਡ ਕੰਡੀਸ਼ਨਸ ਲਾਈਆਂ ਨੇ ਜਿਹੜੀਆਂ ਕਿ ਯੂਪੀ ਬਿਹਾਰ ਨੂੰ ਵੇਖ ਕੇ ਲਾਈਆਂ ਗਈਆਂ ਨੇ, ਪੰਜਾਬ ਦੇ ਉੱਤੇ ਉਸ ਤਰ੍ਹਾਂ ਦੀਆਂ ਨਹੀਂ ਲੱਗ ਸਕਦੀਆਂ, ਉਹਨਾਂ ਨੂੰ ਢਿੱਲੇ ਕਰਨ ਦੀ ਗੱਲ ਕਰਨਗੇ। ਇਹ ਮੈਂ ਮਹਿਸੂਸ ਕਰਦਾ ਸੀਗਾ ਕਿ ਵਾਗੇ ਦੇ ਬਾਰਡਰ ਤੋਂ ਜਿੱਥੋਂ ਪੰਜਾਬ ਦਾ ਵਪਾਰ ਖੁੱਲ੍ਹਣਾ ਚਾਹੀਦਾ ਆ, ਕਿ ਅੱਜ ਬੜੀ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕਰਨਾਟਕ, ਮਹਾਰਾਸ਼ਟਰ ਅਤੇ ਗੁਜਰਾਤ ਅਤੇ ਜਿਹੜੀਆਂ ਬੰਦਰਗਾਹਾਂ ਤੋਂ ਉੱਥੋਂ ਵਪਾਰ ਚੱਲ ਰਿਹਾ, ਔਰ ਉਹ ਮਹਿੰਗਾ ਉੱਥੋਂ ਮਹਿੰਗੀ ਢੋਆ ਢੁਆਈ ਹੁੰਦੀ ਆ, ਵਾਗੇ ਦੇ ਬਾਰਡਰ ਤੋਂ ਸਸਤੀ ਹੋ ਸਕਦੀ ਹੈ, ਇੱਕ ਸਾਜਿਸ਼ ਦੇ ਤਹਿਤ ਵਾਗੇ ਦਾ ਬਾਰਡਰ ਬੰਦ ਕੀਤਾ ਜਾਂਦਾ ਔਰ ਉਹ ਖੋਲ੍ਹ ਦਿੱਤੇ ਜਾਂਦੇ ਨੇ, ਉਹਦੀ ਗੱਲ ਕਰਨਗੇ ਤਾਂ ਕਿ ਵਾਗੇ ਦਾ ਬਾਰਡਰ ਖੁੱਲ੍ਹਣ ਤੋਂ ਬਾਅਦ ਪੰਜਾਬ ਦੇ ਵਿੱਚ ਤਰੱਕੀ ਦੇ ਨਵੇਂ ਆਯਾਮ ਆ ਜਾਣ। ਮੈਂ ਸੋਚਦਾ ਸੀਗਾ ਕਿ ਗੱਲ ਕਰਨਗੇ ਪੰਜਾਬ ਦੇ ਨੌਜਵਾਨ ਜਿਹੜੇ ਬੇਰੁਜ਼ਗਾਰ ਨੇ, ਉਹਨਾਂ ਨੂੰ ਪੈਰਾਮਿਲਟਰੀ ਫੋਰਸਿਸ ਅਤੇ ਆਰਮੀ ਦੇ ਵਿੱਚ ਵੱਧ ਤੋਂ ਵੱਧ ਸਿਲੈਕਸ਼ਨ ਹੋਵੇ ਉਹਨਾਂ ਦੀ, ਉਹਨਾਂ ਨੂੰ ਕੱਢਿਆ ਨਾ ਜਾਵੇ ਉੱਥੋਂ, ਸੈਂਟਰ ਸਰਕਾਰ ਤੋਂ ਸਪੈਸ਼ਲ ਮੰਗ ਕਰਨਗੇ। ਮੈਂ ਇਹ ਮਹਿਸੂਸ ਕਰਦਾ ਸੀਗਾ ਕਿ ਪੰਜਾਬ ਦੇ ਨੌਜਵਾਨਾਂ ਲਈ, ਪੰਜਾਬ ਦੇ ਐਜੂਕੇਸ਼ਨ ਸਿਸਟਮ ਦੇ ਲਈ ਇਹ ਫੰਡ ਦੀ ਮੰਗ ਕਰਨਗੇ, ਇਹ ਕੋਈ ਸਪੈਸ਼ਲ ਪੈਕੇਜ ਦੀ ਮੰਗ ਕਰਨਗੇ। 31,000 ਕਰੋੜ ਦਾ ਕਰਜ਼ਾ ਜਿਹੜਾ ਇਹ ਜਾਣ ਲੱਗਿਆ ਰਿਜ਼ਲਟ ਆਉਣ ਤੋਂ ਪਹਿਲਾਂ, 2017 ਤੋਂ ਦੋ ਦਿਨ ਪਹਿਲਾਂ ਜਿਹੜਾ ਪੰਜਾਬ ਦਾ ਪੰਜਾਬ ਦੇ ਸਿਰ 'ਤੇ ਕਰਜ਼ਾ ਚੜ੍ਹਾ ਕੇ ਗਿਆ ਸੀ ਸੁਖਬੀਰ ਸਿੰਘ ਬਾਦਲ, ਉਹਨੂੰ ਕੇਂਦਰ ਦੀ ਝੋਲੀ 'ਚ ਪਾਉਣ ਦੀ ਗੱਲ ਕਰਨਗੇ, ਪਰ ਇਹਦੇ ਉੱਤੇ ਸੁਖਬੀਰ ਸਿੰਘ ਬਾਦਲ ਨਹੀਂ ਬੋਲਿਆ, ਕਿਉਂਕਿ ਪੰਜਾਬ ਪ੍ਰਤੀ ਉਹਨੂੰ ਕੋਈ ਕਿਸੇ ਤਰ੍ਹਾਂ ਦਾ ਹਿੱਤ ਪਿਆਰਾ ਨਹੀਂ ਹੈਗਾ, ਉਹ ਤਾਂ ਸਿਰਫ ਅਤੇ ਸਿਰਫ ਆਪਣੀ ਵਜ਼ੀਰੀਆਂ ਅਤੇ ਕੇਂਦਰ ਸਰਕਾਰ ਤੋਂ ਆਪਣੇ ਬਿਜ਼ਨਸ ਦੇ ਫਾਇਦੇ ਕਿਵੇਂ ਲਏ ਜਾ ਸਕਦੇ ਨੇ ਉੱਥੇ ਹੀ ਉਹਦਾ ਧਿਆਨ ਹੈ, ਔਰ ਪੰਜਾਬ ਦੇ ਵਿੱਚ ਇੱਕ ਦਿਖਾਵਾ ਕਰਨ ਦੇ ਲਈ ਵੀ ਮੁੜ ਸੁਰਜੀਤ ਕਰ ਦਿੱਤਾ ਮੁੱਦਾ ਪੰਜਾਬ ਚੰਡੀਗੜ੍ਹ ਦਾ, ਇਹ ਮਰਿਆ ਕਦੋਂ ਸੀ ਮੁੱਦਾ ਜਿਹੜਾ ਮੁੜ ਸੁਰਜੀਤ ਕਰ ਦਿੱਤਾ ਜਿਹੜੀ ਤੁਸੀਂ ਗੱਲ ਕਰਦੇ ਹੋ? ਇਹ ਤਾਂ ਕਦੀ ਵੀ ਨਹੀਂ ਮਰਿਆ, ਇਹ ਤਾਂ ਪੰਜਾਬ ਦੀ ਮੰਗ ਰਹੀ ਹੈ ਕਿ ਚੰਡੀਗੜ੍ਹ ਸਾਡਾ ਆ, SYL ਦਾ ਪਾਣੀ ਅਸੀਂ ਨਹੀਂ ਦੇ ਸਕਦੇ, ਸਾਡਾ ਪੰਜਾਬ ਜਿਹੜਾ ਹੈਗਾ ਮਾਰੂਥਲ ਬਣਨ ਜਾ ਰਿਹਾ ਆ, ਔਰ ਸਾਡਾ ਜਿਹੜਾ ਪਾਣੀ ਜਾ ਰਿਹਾ ਉਹਦੀ ਰਾਇਲਟੀ ਦਿੱਤੀ, ਅਸੀਂ ਇੱਥੇ ਵਿਧਾਨ ਸਭਾ ਦੇ ਵਿੱਚ ਇਹਦਾ ਪਾਸ ਕੀਤੇ ਹਾਂ, ਮਤੇ ਇਹਦੇ ਇਹਨੇ ਕਿਹੜੀ ਨਵੀਂ ਗੱਲ ਕਰਤੀ ਹੈ? ਨਾਗਰਾ ਸਾਹਿਬ, ਤੁਸੀਂ ਕਿਹਾ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਖਬੀਰ ਬਾਦਲ ਨੇ ਕੋਈ ਸਪੈਸ਼ਲ ਪੈਕੇਜ ਦੀ ਮੰਗ ਨਹੀਂ ਕੀਤੀ, ਲੇਕਿਨ ਉਹਨਾਂ ਨੇ ਤਾਂ ਕੁਝ ਦਿਨ ਪਹਿਲਾਂ ਜੋ ਮਾਸਟਰ ਪਲਾਨ ਆ ਉਹ ਹੀ ਪੇਸ਼ ਕਰ ਦਿੱਤਾ ਸਾਰਾ, ਕਿ ਅਸੀਂ ਕਿਵੇਂ ਬਣ ਰਿਹਾ, ਸੈਂਟਰ ਸਰਕਾਰ ਕਿਵੇਂ ਕਰ ਰਹੀ। ਮੇਰੀ ਗੱਲ ਸੁਣੋ, ਮੈਂ ਅੱਜ ਜਾ ਕੇ ਜੋ ਹਰਿਆਣੇ ਦੀ ਸਰਕਾਰ ਦਾ ਮਾਸਟਰ ਪਲਾਨ ਜਾ ਕੇ ਅਨਾਊਂਸ ਕਰੀ ਜਾਵਾਂ ਜਾਂ ਮੈਂ ਇੱਧਰ ਦਾ ਅਨਾਊਂਸ ਕਰੀ ਜਾਵਾਂ, ਉਹਦਾ ਕੀ ਫਾਇਦਾ ਆ? ਉਹ ਪੰਜਾਬ ਦੀ ਸਰਕਾਰ ਅਤੇ ਕੇਂਦਰ ਦੇ ਜਿਹੜੇ ਕੁਛ ਅਦਾਰੇ ਹੈਗੇ ਨੇ ਉਹ ਪੰਜਾਬ ਦੀ ਸਰਕਾਰ ਦੇ ਨਾਲ ਟੱਚ ਦੇ ਵਿੱਚ ਨੇ, ਪੰਜਾਬ ਦੀ ਸਰਕਾਰ ਬਣਾ ਰਹੀ ਹੈ, ਕਿਹੜਾ ਬਣਾਉਂਦਾ ਆ? ਜਿਹੜੀ ਸਟੇਟ ਹੈ
ਉਹਨੂੰ ਕੇਂਦਰ ਦੀ ਸਰਕਾਰ ਜਿਹੜੀ ਹੈਗੀ ਹੈ ਉਹ ਉਹਨੂੰ ਆਪਣਾ ਹਰ ਤਰ੍ਹਾਂ ਦੀ ਮਦਦ ਪ੍ਰੋਵਾਈਡ ਕਰਦੀ ਹੈ। ਜਦੋਂ ਇਹੋ ਜਿਹੇ ਇਸ਼ੂਸ ਹੁੰਦੇ ਨੇ ਪੰਜਾਬ ਸਰਕਾਰ ਨੂੰ ਜਿਹੋ ਜਿਹੀ ਦੇਣੀ ਚਾਹੀਦੀ ਹੈ, ਨਹੀਂ ਦੇ ਰਹੇ, ਪਰ ਫਿਰ ਵੀ ਜਿੰਨੀ ਕੁ ਦੇ ਰਹੇ ਨੇ, ਅਸੀਂ ਤਾਂ ਆਪਣੇ ਕੋਲੋਂ ਸਾਰਾ ਕੁਝ ਕਰਨ ਨੂੰ ਤਿਆਰ ਬੈਠੇ ਹਾਂ ਔਰ ਅਸੀਂ ਕਰਾਂਗੇ, ਕਰਕੇ ਦਿਖਾਵਾਂਗੇ। ਇਹਨਾਂ ਦੀ ਮਨਸ਼ਾ ਜਿਹੜੀ ਹੈਗੀ ਹੈ ਉੱਥੋਂ ਕਲੀਅਰ ਹੁੰਦੀ ਸੀ ਜਦੋਂ ਪਾਰਲੀਮੈਂਟ ਦੇ ਵਿੱਚ ਬੋਲਦਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਸ਼ਤਾਬਦੀ ਦਿਹਾੜੇ ਦੇ ਉੱਤੇ ਪੰਜਾਬ ਦੇ ਵਿੱਚ ਆ ਹੋਣਾ ਚਾਹੀਦਾ ਸੀਗਾ। ਕੋਈ ਕੇਂਦਰ ਸਰਕਾਰ ਤੋਂ ਸੈਂਟਰਲ ਯੂਨੀਵਰਸਿਟੀ ਦੀ ਮੰਗ ਕਰ ਲੈਂਦਾ ਕਿ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਕੋਈ ਵੱਡਾ ਅਦਾਰਾ ਜਿਹੜਾ ਖੋਲ੍ਹਿਆ ਜਾਵੇ, ਕਿਸੇ ਵੱਡੇ ਹਸਪਤਾਲ ਦੀ ਮੰਗ ਕਰ ਲੈਂਦਾ, ਏਮਸ ਵਰਗੇ ਹਸਪਤਾਲ ਦੀ ਕਈ ਥਾਵਾਂ 'ਤੇ ਲੋੜ ਹੈਗੀ ਮੰਗ ਕਰ ਲੈਂਦਾ, ਕੋਈ ਕਿਸੇ ਹੋਰ ਕੋਈ ਆਰਮੀ ਨਾਲ ਰਿਲੇਟਡ ਕੋਈ ਵੱਡੇ ਅਦਾਰੇ ਦੀ ਮੰਗ ਕਰ ਲੈਂਦਾ, ਕੁਛ ਨਾ ਕੁਛ ਤਾਂ ਕਰਦਾ। ਇਹਨੂੰ ਤਾਂ ਯਾਦ ਹੀ ਨਹੀਂ ਆਇਆ, ਇਹਨੂੰ ਤਾਂ ਸਿਰਫ ਇੰਨਾ ਕੁ ਯਾਦ ਆਇਆ ਵੀ ਮੈਂ ਇੰਨੇ ਮਿੰਟ ਬੋਲਣਾ ਆ, ਹੁਣ ਮੈਨੂੰ ਕਿਤੇ ਹੋਰ ਨਾ ਬੋਲਣਾ ਪੈ ਜੇ ਕਿਸੇ ਪਾਸੇ ਨੂੰ। ਉਹ ਇੱਧਰ ਉੱਧਰ ਹੀ ਘੁੰਮਾਉਂਦਾ ਰਿਹਾ ਗੱਲਾਂ ਨੂੰ, ਅਤੇ ਮੁੜ ਕੇ ਮੇਰੇ ਖਿਆਲ ਅੰਦਰ ਗਤੀ ਜਿਹੜੇ ਉਹ ਟਰਾਲੇ ਭਰ ਕੇ ਨੋਟਾਂ ਦੇ ਆਉਣੇ ਸੀ ਨਾ, ਉਹ ਹਰਸਿਮਰਤ ਕੌਰ ਦੇ ਸਰਕਾਰੀ ਘਰ 'ਚ ਹੀ ਭੇਜਤੇ। ਨਾਗਰਾ ਸਾਹਿਬ, ਆਖਰੀ ਸਵਾਲ ਹੁਣ ਮੈਂ ਤੁਹਾਡੀ ਪਾਰਟੀ ਨੂੰ ਲੈ ਕੇ ਹੀ ਕਰੂੰਗਾ ਕਿ ਤੁਹਾਡੀ ਪਾਰਟੀ ਬਿਨਾਂ ਡਰਾਈਵਰ ਤੋਂ ਹੀ ਚੱਲ ਰਹੀ ਆ, ਪ੍ਰਧਾਨ ਸਾਹਿਬ ਨੇ ਵੀ ਅਸਤੀਫਾ ਦਿੱਤਾ, ਕਦੋਂ ਇਹ ਜਿਹੜੇ ਹਾਲਾਤ ਨੇ ਇਹਚੋਂ ਕਾਂਗਰਸ ਪਾਰਟੀ ਬੜੀ ਜਲਦੀ ਬਾਹਰ ਆ ਜੂ? ਕਾਂਗਰਸ ਦੇ ਜੋ ਕ੍ਰਾਈਸਿਸ ਚੱਲ ਰਹੇ ਨੇ, ਚਾਹੇ ਉਹ ਸੈਂਟਰ ਸਰਕਾਰ ਸੈਂਟਰ ਦੇ ਵਿੱਚ ਜੋ ਪ੍ਰਧਾਨਗੀ ਦੀ ਗੱਲ ਹੋਵੇ ਜਾਂ ਫਿਰ ਪੰਜਾਬ ਦੇ ਵਿੱਚ ਪ੍ਰਧਾਨਗੀ ਦੀ ਗੱਲ ਹੋਵੇ, ਤਾਂ ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਰਿਹਾ ਕਿ ਕਾਂਗਰਸ ਬਿਨਾਂ ਡਰਾਈਵਰ ਦੀ ਬੱਸ ਹੈ, ਕਿਉਂਕਿ ਸੈਂਟਰ ਦੇ ਵਿੱਚ ਵੀ ਅਸਤੀਫਾ ਦਿੱਤਾ ਹੋਇਆ ਅਤੇ ਪੰਜਾਬ ਦੇ ਵਿੱਚ ਵੀ ਅਸਤੀਫਾ ਦਿੱਤਾ ਹੋਇਆ, ਤਾਂ ਕਿਤੇ ਨਾ ਕਿਤੇ ਇਹ ਵੀ ਹੈ ਕਿ ਆਖਿਰਕਾਰ ਪੰਜਾਬ ਦੇ ਵਿੱਚ ਕਾਂਗਰਸ ਦੀ ਕਮਾਣ ਹੁਣ ਕਾਂਗਰਸ ਕੌਣ ਫੜੇਗਾ, ਇਹ ਵੀ ਇੱਕ ਵੱਡਾ ਸਵਾਲ ਹੈ। ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ।